ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨਾਲ ਬਾਰਡਰ ਪਾਬੰਦੀਆਂ ਨੂੰ 72 ਘੰਟਿਆਂ ਲਈ ਹੋਰ ਵਧਾ ਦਿੱਤਾ ਹੈ। ਆਸਟ੍ਰੇਲੀਆ ਨੇ ਨਿਊਜ਼ੀਲੈਂਡ ਵਾਸੀਆਂ ਲਈ ਬਾਰਡਰ ਪਾਬੰਦੀਆਂ ਨੂੰ 72 ਘੰਟਿਆਂ ਲਈ ਹੋਰ ਵਧਾ ਦਿੱਤਾ ਹੈ ਕਿਉਂਕਿ ਹਜੇ ਉਹ ਨਾਰਥਲੈਂਡ ਅਤੇ ਆਕਲੈਂਡ ਵਿੱਚ ਹਾਲ ਹੀ ਵਿੱਚ ਆਏ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਕੇਸਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਨੇ। ਆਸਟ੍ਰੇਲੀਆ ਦੇ ਮੌਜੂਦਾ CMO ਯਾਨੀ ਚੀਫ ਮੈਡੀਕਲ ਆਫਿਸਰ ਪ੍ਰੋਫੈਸਰ ਮਾਈਕਲ ਕਿਡ ਨੇ ਇਸ ਬਾਰੇ ਜਾਣਕਾਰੀ ਅੱਜ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਿੱਤੀ। ਇਸ ਵਿੱਚ ਉਹਨਾਂ ਸਾਫ਼ ਕਿਹਾ ਕਿ ਇਹ ਪਾਬੰਦੀਆਂ ਐਤਵਾਰ ਦੁਪਹਿਰ ਤੱਕ ਜਾਰੀ ਰਹਿਣਗੀਆਂ। ਕਿਡ ਦਾ ਕਹਿਣਾ ਹੈ ਕਿ ਅਜਿਹਾ ਕਰਨ ਪਿੱਛੇ ਮੁੱਖ ਕਾਰਨ ਨਿਊਜ਼ੀਲੈਂਡ ਵਿੱਚ ਸਾਊਥ ਅਫਰੀਕਾ ਦੇ ਵੇਰੀਐਂਟ ਨਾਲ ਸੰਬੰਧਿਤ ਕੇਸਾਂ ਦਾ ਪਾਇਆ ਜਾਣਾ ਹੈ। This allows continuing protection of the people of Australia while the extent of the situation in New Zealand continues to be clarified. I apologize to those people who have had their travel arrangements disrupted. Bureau Report, Ankhila, Punjab TV.